फाइन हाय अपनी कंटीन इतने चाह बनूगी ठीक है ओके ठीक है अच्छा किस सलाह पहुंच चुके हैं बाय रोड ही ठीक है फिर जिथे उ चिलका डोर माले का बार्डर रोड कच्चे रास्ते आए नदी जी थोड़ी जी नदी अच्छा गल बात जेट सिक्योरिटी है पूरी है गल गुड़ी हुई यूज कर लिया ठीक है ठीक है सही गल हवा च फायर मारना गल अड हो जाता गुस्से च मारना अड जो नजायज रख के करना अड हो जाता फिर चल कोई नहीं चलो
ਕੀ ਮੈਂ 2 ਦਿਨ ਦਾ ਕਿੱਦਾਂ ਸਟੇ ਕਰੀ? ਖਾਣਾ ਪੀਣਾ ਕਿਤੇ ਵਧੀਆ ਸੀ ਕਿੱਦਾਂ ਸੀ? ਖਾਣਾ ਪੀਣਾ ਸਾਰਾ ਕੁਝ ਵਧੀਆ। ਕਿੰਨੇ ਟਾਈਮ ਉਹ ਆਪਣਾ ਖਾਣਾ ਦਿੰਦੇ ਸੀ? ਸਵੇਰੀ ਉਹ ਬ੍ਰੈਡ ਬੁੱਟੇ ਦਿੰਦੇ, ਦੁਪਹਿਰੇ ਚੌਲ ਆ ਜਾਂਦੇ ਸੀ, ਅੱਛਾ ਫਿਰ ਆ ਜਾਂਦੇ ਸੀ। ਤੇ ਦਿਨ 'ਚ ਇੱਕ ਗੱਡੀ ਆਉਂਦੀ ਸੀ ਗਰੋਸਰੀ ਵਾਲੀ, ਜੇ ਕਿਸੇ ਨੇ ਕੋਈ ਚੀਜ਼ ਖਰੀਦਣੀ ਆ ਉਹ ਖਰੀਦ ਲਈ। ਉਹ ਪੇਡ, ਉਹ ਐਕਸਟਰਾ ਪੇਡ ਸੀਗੀ, ਕੋਲਡ ਡਰਿੰਕ ਵਗੈਰਾ, ਹੋਰ ਸਿਗਰਟਾਂ ਤੇ ਮਤਲਬ ਦਾਰੂ ਦੂ ਸਭ ਚੱਲਦਾ ਸੀ ਉੱਥੇ। ਦਾਰੂ ਤਾਂ ਦਾਰੂ ਤਾਂ ਖੁੱਲਦੀ, ਤੇ ਆਪਣਾ ਆਟਾ ਨੂਣ ਕੱਚੇ ਹੋਏ ਸਬਜ਼ੀਆਂ ਭਾਜੀਆਂ ਭਾਂਡੇ ਉਹਨਾਂ ਨੇ ਦਿੱਤੇ ਹੋਏ ਸੀ, ਜੇ ਕਿਸੇ ਨੇ ਸਬਜ਼ੀ ਭਾਜੀ ਰੋਟੀ ਬਣਾਉਣੀ ਉਹ ਬਣਾ ਕੇ ਖਾ ਸਕਦਾ। ਠੀਕ ਹੈ ਠੀਕ ਹੈ। ਹਾਂ ਤੇ 2 ਦਿਨ ਉੱਥੇ ਉਹ ਰੱਖਦੇ ਨੇ, ਫਿਰ ਉੱਥੇ ਨਾ ਉਹ ਪੇਂਟ ਇਕੱਠੀ ਕਰਦੇ ਨੇ। ਫਿਰ ਉੱਥੇ ਜਾ ਕੇ ਸਾਰੇ ਜਿਵੇਂ ਸਾਡੀ ਜਿੰਨੇ ਵੀ ਬੰਦੇ ਸੀ ਸਾਰਿਆਂ ਦੇ ਪਿੱਛੇ ਕਹਿੰਦੇ ਵੀ ਪੇਂਟ ਕਰ ਦਿਓ, ਤਾਂ ਅੱਗੇ ਜਾਊਗਾ ਨਹੀਂ ਬੰਦਾ ਇੱਥੇ ਜਾਂਦਾ ਨਹੀਂ ਅੱਗੇ। ਅੱਛਾ ਉੱਥੇ ਪੇਮੈਂਟ ਇਕੱਠੀ ਕਰਨੀ ਪੈਂਦੀ ਹੈ। ਜਿੰਨੀ ਵੀ ਅਮਾਉਂਟ ਬਣਦੇ ਬੰਦੇ ਦੀ ਉਨੀ ਹੀ ਲੈਣੀ ਪੈਂਦੀ ਆ। ਜੇ ਆਪਾਂ ਉੱਥੇ ਕਿੰਨਾ ਕਿੰਨੇ ਕੁ ਪੈਸੇ ਕਰੇ ਪਏ ਆਪਾਂ ਉੱਥੇ? ਹਾਰਲੇ ਆ ਹਾਰਲੇ ਤੇ ਗੋਲਡ ਮਾਲ ਜੇ ਅੱਗੇ ਆਪਾਂ ਕਿੰਨਾ ਕੁ ਪੇ ਕੀਤਾ ਉੱਥੇ ਬੰਦਿਆਂ ਨੂੰ? ਜਿਹਦੇ ਪੈਸੇ ਆਏ ਗਏ ਅੱਗੇ ਜਾਈ ਜਾਊਗਾ, ਜਿਹਦੇ ਪੈਸੇ ਨਹੀਂ ਬੈਠਾ ਰਹੂਗਾ ਉੱਥੇ, ਚਾਹੇ 2 ਦਿਨਾਂ 'ਚ 4 ਦਿਨਾਂ 'ਚ 5 ਦਿਨ ਮਾਰਦੇ ਮੁੜਦੇ ਨਹੀਂ ਹੈਗੇ ਜੇ ਪੇਮੈਂਟ ਪੂਮੈਂਟ ਦਿੰਦੇ। ਅੱਛਾ ਉਹ ਵੀਡੀਓ ਫਿਲਮਾਂ ਦਿਖਾਉਂਦੇ ਨੇ ਨਾ ਜੇ ਉਹ ਮਾਰਦੇ ਮੁੜਦੇ ਵੀ ਨੇ। ਅੱਛਾ ਉਹਦਾ ਮਰਦਾ ਹੀ ਮਰਦਾ ਭਾਈ, ਜਿੱਥੇ ਉਹਦਾ ਮਰੂਗਾ ਹੀ ਮਰੂਗਾ। ਉਹ ਤੋਂ ਬਗਾਨਾ ਸ਼ਹਿਰ ਅਗਲੀ ਮਦਦ ਕਰ ਰਿਹਾ ਆਪਣੀ ਲੈ ਕੇ ਜਾਣ ਨੂੰ। ਠੀਕ ਹੈ ਠੀਕ ਹੈ। ਠੀਕ ਹੈ। ਉੱਥੋਂ ਆਪਣਾ ਫਿਰ ਚੱਲ ਗਏ, ਫਿਰ ਅਸੀਂ ਪਹੁੰਚੇ, ਉਹਨਾਂ ਨੇ ਰਾਤ ਨੂੰ ਸਾਨੂੰ ਕੈਨਕਨ ਪਹੁੰਚਾਇਆ। ਕੈਨਕਨ ਮੈਕਸੀਕੋ। ਠੀਕ ਹੈ ਠੀਕ ਹੈ। ਤੇ ਉੱਥੇ ਕੈਨਕਨ ਪਹੁੰਚ ਕੇ ਉੱਥੇ ਹੋਟਲ ਆਪਣੇ ਜਿਹੜਾ ਮੇਨ ਟੌਂਕਰ ਹੀ ਸਾਡਾ ਰਾਣਾ ਟੌਂਕਰ ਹੀ, ਜਿਵੇਂ ਕਦਾਲੀਆ ਚਲੋ ਛੱਡੋ ਆਪਾਂ ਆਪਾਂ ਐਵੇਂ ਨਾਮ ਨਹੀਂ ਛੱਡੋ ਆਪਾਂ ਨਾਮ ਨਹੀਂ ਮੈਂਸ਼ਨ ਕਰਦੇ ਐਵੇਂ ਕਿਸੇ ਦਾ। ਸਰ ਮੈਕਸੀਕੋ ਜੀ ਨੇ ਆਪਣਾ ਹੋਟਲ ਖੋਲਿਆ ਮੈਕਸੀਕੋ ਦੇ ਵਿੱਚ ਖੁਦ ਦਾ। ਠੀਕ ਹੈ ਠੀਕ ਹੈ। ਠੀਕ ਹੈ। ਪਤਾ ਨਹੀਂ ਯਾਰ, ਦੇਖਿਓ ਏਦਾਂ ਦਾ ਆ ਰਿਹਾ ਸੀ ਯਾਰ ਆਪਣਾ। ਹੈਂ ਉਹ ਇਹ ਨੈਟ ਘੱਟ ਚੱਲ ਰਿਹਾ ਤੇਰੇ ਕੋਲ? ਨਹੀਂ ਵਾਈਫਾਈ ਚੱਲ ਰਹੇ ਨੇ ਯਾਰ। ਚਲੋ ਕੋਈ ਨਹੀਂ, ਚੱਲਣ ਦੋ ਇਹਨੂੰ ਹੀ, ਕੰਟੀਨਿਊ ਰੱਖੀਏ, ਸੁਣ ਲੈਣਗੇ ਜਿਹਨੇ ਸੁਣਨਾ ਹੋਏਗਾ। ਅੱਛਾ ਠੀਕ ਆ, ਬਾਏ ਬੱਸ ਏਅਰਪੋਰਟ ਉਤਰ ਸਿੱਧਾ ਹੀ।
ਨਹੀਂ ਬੱਸ ਕਿੱਦਾਂ ਲਾ ਸਰਕਾਰ ਜਿੱਦਾਂ ਬੱਸ ਉਹਨਾਂ ਦੀ ਆਪਣੀ ਆਉਂਦੀ ਕਿੱਦਾਂ ਮਤਲਬ ਪ੍ਰਾਈਵੇਟ ਬੱਸਾਂ ਨਾਰਮਲ ਟਿਕਟ ਟੁਕਟ ਲੈ ਕੇ ਫੜ ਗਏ ਅੰਦਰ ਘਰੇ ਠੀਕ ਅੱਛਾ ਸਹੀ ਆ ਸਹੀ ਆ ਹਾਂ ਯਾਰ ਮੈਂ ਗੱਲ ਨੋਟ ਕੀਤੀ ਆ ਭਾਜੀ ਬਾਹਰ ਤਾਂ ਇੱਕ ਗੱਲ ਆ ਬੱਸਾਂ ਬੜੀ ਘੈਂਟ ਹੁੰਦੀਆਂ ਨੇ ਯਾਰ ਬੱਸਾਂ ਬੜੀ ਸੀ ਆਉਂਦੀਆਂ ਬਾਹਰ ਇੱਕ ਗੱਲ ਤਾਂ ਮੈਂ ਖੁਦ ਐਕਸਪੀਰੀਅੰਸ ਲਏ ਨੇ ਚੀਜ਼ਾਂ ਦਾ ਨਹੀਂ ਮੈਂ ਇੱਕ ਗੱਲ ਨੂੰ ਦੇਖੀ ਆ ਬੱਸ ਬੱਸਾਂ 'ਚ ਚੈਕਿੰਗ ਕਰਦਾ ਆਉਂਦੇ ਨੇ ਨਾ ਸ਼ੱਕੀ ਵਾਰ ਪੋਸਟ ਪੱਥਰ ਹੋ ਜਾਂਦੀ ਆ ਥੋੜ੍ਹਾ ਉੱਚੀ ਬੋਲੋ ਭਾਜੀ ਮੇਰੀ ਆਵਾਜ਼ ਥੋੜ੍ਹੀ ਘੱਟ ਆ ਰਹੀ ਆ ਹਲਕਾ ਜਿਹਾ ਕਰ ਲਓ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਬਹਿ ਜਾਓ ਪਹਿਲਾਂ ਨੂੰ ਖਾਕ ਵਗੇਰ ਗੁਰ ਵੀ ਲਿਆ ਕਰੋ ਅੱਛਾ ਅੱਛਾ ਤੁਹਾਨੂੰ ਬੱਸ ਚ ਚੱਕ ਲਿਆ ਠੀਕ ਆ ਰੱਖਦੇ ਕਿਵੇਂ ਹੈ ਕੀ ਜੇਲ ਚ ਅੱਛਾ ਠੀਕ ਆ ਠੀਕ ਆ ਨਹੀਂ ਜਿਵੇਂ ਆਪਾਂ ਨੋਰਮਲ ਬੰਦਾ ਕ੍ਰਾਈਮ ਜੇ ਕੋਈ ਬੰਦਾ ਇਲੀਗਲ ਤਰ੍ਹਾਂ ਐਂਟਰ ਹੁੰਦਾ ਉਹਨੇ ਵਾਸਤੇ ਕੈਂਪ ਉਹ ਕੈਂਪ ਹੁੰਦਾ ਅੱਡ ਜਾ ਠੀਕ ਅੱਛਾ ਫਿੰਗਰ ਫਿੰਗਰ ਲੈਣ ਦਾ ਸੀਨ ਕੀ ਹੁੰਦਾ ਫਿੰਗਰ ਚੱਕਰ ਕੀ ਆ ਉੱਥੇ ਫਿੰਗਰ ਕੱਤ ਰਹਿੰਦੇ ਨੇ ਅੱਛਾ ਠੀਕ ਆ ਸਾਰਾ ਰਿਕਾਰਡ ਬੋਲ ਪੈਂਦਾ ਫਿੰਗਰ ਨਾਲ ਹੀ ਉੱਥੇ ਪਹਿਲਾਂ ਕਦੀ ਆਇਆ ਤਾਂ ਨਹੀਂ ਕੁਛ ਕੀਤਾ ਨਹੀਂ ਪਹਿਲਾਂ ਠੀਕ ਹੈ ਤੇ ਕੈਂਪ ਵਿੱਚ ਖਾਣਾ ਖੁਣਾ ਕੁਛ ਹੁੰਦਾ ਕਿੱਦਾਂ ਅੱਛਾ ਅੱਛਾ ਛੱਡਿਆ ਕਿਸ ਬਹਿਸ ਤੇ ਬਾਪ ਛੱਡਿਆ ਇਹਨੇ ਅੱਛਾ ਠੀਕ ਹੈ ਸਰ ਪਹਿਲਾਂ ਹੀ ਕੱਢ ਗਈ ਅੰਦਰ ਕੱਢ ਕੈਂਪ ਚ ਆ ਕੇ ਸਾਰਾ ਕੁਝ ਚੱਕ ਲਿਆ ਜੋ ਕੁਝ ਸੀਗਾ ਛੱਡ ਦੋ ਠੀਕ ਅੱਛਾ ਉੱਥੋਂ ਫਿਰ
दो वो दिन देखते हैं इंसेंट करते हैं। हाँ बंदे इकट्ठे करते हैं वो 50-60 बंदे इकट्ठे हैं, इसको वही मतलब करते हैं जिन्ना वो। ज्यादा क्राउड होगा उतना इकट्ठा ले जाने, पूरा क्राउड टोटल वो तो क्राउड जो हाँ होता है। उन्होंने पता की है ऐ नहीं हैगा भी। हाँ अभी एक बारी नीचे उन्होंने लला कर लिया, रास्ता बना था उसे में भेजी जाना, हर एक बार बार उन्होंने लक बनाना पैदा। अच्छा अड्डर रास्ते जान गए हर बार, ये नहीं को रास्ता जाना सेम। फिर इकट्ठे कर देने 50-60 जने ना, उससे गए अगले दिन सानू बैठाया उन्हें गड्डी में, जितना अगले साल में एक गड्डी में 20-20 जने ओ इकट्ठे है कि करके वीडियो आए वीडियो होगी उन्होंने। कि वीडियो हाँ वगैरह आई थी। होनी है मेरे को शायद, मैं पर मैं उधर बॉर्डर क्रॉस करे थी, मैं वो पिकअप करके ना सेंड चलो कर दूंगा जे कोई उसको, वीडियो उन्होंने फोटो हुई ना अपना अटैच कर देंगे ठीक है ना, पर मैं एक बार फिर गल बोल दिंदा कि असी आह चीज़ नूं प्रमोट नहीं कर रहे, असी जस्ट दस रहे हैं कि देखने च कुछ होर है, जेड़ा बंदे ने बीत रही उन्होंने पता होंगे कि करन च ते देखने बहुत फर्क आता। सानू 20 जना बिठा लिया गड्डी के अंदर ले जा ऐसी बस सब हो चुकी ठीक है। मैं रिप्लाई देता हूँ थोड़ा कंडे कंडे के बीच में नहीं हटी, कोई रास्ता नहीं हो चुकी कोई ठीक सुन ठीक है। है। रिप्लाई देता हूँ थोड़ा फिर अच्छा सानू कंध तो बिठा के वो 1 किलोमीटर तो बिठा लेना सानू तो झाड़ियाँ जाने बीच उतो सानू दिख नहीं कहता है किलोमीटर दूर बैठा था ना कंध तो झाड़ियां जाने बिच उतो सानू दिख जी कहता है ना गडर गडर आप उन्होंने कटर गैस बेल्डिंग होर वगैरह सारा समान वो सानू उत्थे बिठा के आप अपना वो करन बगे गडर कटन ठीक है। ते वो थोड़े ना गडर वो देखने तो पत्तियां जी लग रही ने पत्तियां लो बॉर्डर ਦੇ ਪਲਕਸੇ ਦੇ ਬੋਰਡਰ ਦੇ ਉੱਪਰ ਹਾਂ ਲੈਣਾ ਜੀ ਹਾਂ ਜਿਹੜਾ ਉਹਦੀ ਹਾਂ ਜਿਹੜੀ ਉਹਦੀ ਇੱਕ ਪੱਤੀ ਹੈ ਨਾ ਉਹ ਜਿਵੇਂ ਉਹ 400 ਸਕੇਅਰ ਬੜਾ ਤੇ ਲਾਲਾ ਇੰਨੀ ਇੰਨੀ ਨੇ ਮੋਦੀ ਉਹ ਖਾਸੀ ਜੇ ਵਿੱਚੋਂ ਉਹ ਫੁੱਲ ਹੋਈ ਭਰੀ ਹੋਈ ਆ ਅੱਛਾ ਖਾਲੀ ਨਹੀਂ ਹੈਗੀ। ਉਹ ਦੇਖ ਲਓ ਉਹਨਾਂ ਨੂੰ ਇੱਕ ਪੱਤਾ ਕੱਟਣ ਵਾਸਤੇ ਕਟਰ ਨਾਲ ਤੇ ਉਹਨਾਂ ਨਾਲ ਗੈਸ ਵੈਲਡਿੰਗ ਨਾਲ ਅੱਧਾ ਪੌਣਾ ਘੰਟਾ ਲੱਗ ਗਿਆ ਇੱਕ ਕੱਟਿਆ ਸੀ ਤੇ ਉਹਨਾਂ ਨੇ मजबूत है गड्डी दे बंपर नाल बन के वो एक पासे नूं मोड़ लिया उस जगह हो गई ते फिर गड्डिया च बिठा ले गया ते उत्थों नूं उहदे विच नूं लंघा ता असी पहले साइड हो गए ते उह कहिंदा वी अपना उहने दस्सिया जी सानूं वी राइट हैंड साइड जाणा थोने ਵੀ ਇਧਰਲੀ ਸਾਈਡ ਚੌਂਕੀ ਆ ਛੇਤੀ ਇਧਰੋਂ ਆਣਗੇ ਉਹ ਤੇ ਉੱਥੇ ਉਹ ਬਾਰਡਰ ਦੇ ਨਾਲ ਨਾਲ ਦੂਜੀ ਸਾਈਡ USA ਵਾਲੀ ਸਾਈਡ ਕੈਮਰੇ ਲੱਗ ਰਹੇ ਨੇ ਸਾਰੇ ਕਿਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਦਿਖ ਜਾਂਦਾ ਕੈਮਰਿਆਂ ਚ ਵੀ ਇੱਥੋਂ ਪੂਰੀ ਜਿਹੜੀ ਜਿਹੜੀ ਉਹ ਕੋਈ ਬੋਲ ਹੈ ਤੇ ਸਾਰੇ ਬੋਲ ਦੇ ਕੈਮਰੇ ਹੁੰਦੇ ਨੇ ਟੋਟਲੀ ਸਾਰੇ ਹਾਂ ਸਾਰੇ ਬੋਲ ਤੇ ਕੈਮਰੇ ਨੇ ਤੇ ਉਹਨਾਂ ਨੂੰ ਤਾਂ ਹੀ ਪਤਾ ਲੱਗਦਾ ਨਾ ਵੀ ਕਿੱਥੇ ਬ੍ਰੀਚ ਹੋਇਆ ਤੇ ਕਿੱਥੋਂ ਐਂਟਰੀ ਹੋ ਰਹੀ ਹੈ ਠੀਕ ਹੈ ਤੇ ਫਿਰ ਉਹ ਆਉਂਦੇ ਨੇ ਗੱਡੀਆਂ ਲੈ ਕੇ ਤੇ ਹੈ ਦੂਰ ਬਹੁਤ ਦੂਰ ਸੀ ਉਹਨਾਂ ਨੂੰ ਘੰਟਾ ਡੇਢ ਲੱਗ ਜਾਂਦਾ ਆਉਣ ਨੂੰ ਇੰਨੇ ਉਹ ਆਪਣਾ ਲੰਘਾ ਕੇ ਆਪਣਾ ਵਾਪਸ ਮੁੜ ਜਾਂਦੇ ਨੇ ਮੈਕਸੀਕੋ ਕੋਲੇ ਤੇ ਫਿਰ ਉਹ ਆ ਗਏ ਉਹਨਾਂ ਨੇ ਸਾਨੂੰ ਬਿਠਾਇਆ ਗੱਡੀਆਂ ਖੜਾ ਕੇ ਸਾਡੇ ਕੋਲੇ ਤੇ ਕਹਿੰਦੇ ਆਪਣਾ ਆਪਣਾ ਉਹ ਕੱਢ ਲਓ ਬੈਗ ਖੋਲ ਕੇ ਰੱਖ ਲਓ ਸਾਹਮਣੇ ਤੇ ਆਪਣੇ ਬੂਟਾਂ ਦੇ ਚੂਲੇ ਤੇ ਆਪਣੀ ਬੈਲਟ ਜੇ ਕਿਸੇ ਦੇ ਬੰਦਾ ਡਿਪਰੈਸ਼ਨ ਚ ਹੋ ਜਾਂਦਾ ਅੰਦਰ ਤੰਗ ਹੁੰਦਾ ਬਿਮਾਰ ਨੂੰ ਲਵੇ ਕਿੱਥੇ ਆਪ ਵੀ ਵਰਗ ਹੋ ਸਕਦਾ ਆਪਣਾ ਕੁਛ ਵੀ ਪਾਸਪੋਰਟ ਜਾਂ ਕੋਈ ਵੀ ਆਈਡੀ ਤੁਹਾਡੇ ਕੋਲ ਉਹ ਬਾਹਰ ਰੱਖ ਲਓ ਇੱਕ ਆਪਣੇ ਜੇ ਕਿਸੇ ਕੋਲ ਪੈਸੇ ਨੇ ਪੈਸੇ ਬਾਹਰ ਰੱਖ ਲਓ ਉਹ ਪਤਾ USA ਵਾਲੇ ਨੀ ਪੈਸਾ ਛੇੜਦੇ ਹੈਗੇ ਕੋਈ ਇਮਾਨਦਾਰ ਨੇ ਬੰਦੇ ਹਾਂ ਤੇ
ਫਿਰ ਉਹਨਾਂ ਨੇ ਬਿਠਾਇਆ ਸਾਨੂੰ ਗੱਡੀਆਂ ਜਾਂ ਕੇ ਤੇ ਡੇਢ ਘੰਟਾ ਦੂਰ ਸੀ ਚੌਂਕੀ ਉੱਥੋਂ ਡੇਢ ਘੰਟੇ ਦਾ ਚੱਲਿਆ ਉੱਥੋਂ ਅੱਗੇ ਜਾ ਕੇ ਦੇਖਿਆ ਬੱਸ ਖੜੀ ਉੱਥੇ ਸਾਲਾ ਫੇਰ ਪੈਣ ਦਾ 100-150 ਜਣਾ ਹੋ ਗਿਆ ਇਕੱਠਾ ਪਹਿਲਾਂ ਉੱਥੇ ਤਾਂ ਮਿਕਸ ਹੋ ਗਿਆ ਸੀ ਕੰਮ ਸੈਂਟਰ ਅਮੈਰੀਕਾ ਦੇ ਜ਼ਿਆਦਾ ਸੀ ਪੁਰਤਗਾਲ ਦੇ ਵੀ ਬਹੁਤ ਸੀ ਤੇ ਬ੍ਰਾਜ਼ੀਲ ਦੇ ਹੋ ਗਏ ਤਲਾਸ਼ੀ ਕੀਤੀ ਸਾਰੀ ਬੈਗਾਂ ਦੀ ਸਾਨੂੰ ਕਹਿੰਦੇ ਵੀ ਇੱਕ ਆਪਣਾ ਜਾਂ ਤਾਂ ਸ਼ਰਟ ਪਾ ਲਓ ਜਾਂ ਟੀ ਸ਼ਰਟ ਪਾ ਲਓ ਨਾ ਕੋਈ ਬਨੈਣ ਹੋਣੀ ਚਾਹੀਦੀ ਤੇ ਨਾ ਕੋਈ ਜੈਕਟ ਸਿਰਫ ਗਰਮੀ ਹੋ ਜਾਂਦੀ ਆ ਤੇ ਬੰਦੇ ਨੂੰ ਕਿਸੇ ਨੂੰ ਐਲਰਜੀ ਹੁੰਦੀ ਆ ਕੱਪੜੇ ਨੂੰ ਬਿਮਾਰ ਹੋ ਗਏ ਇਹ ਚੀਜ਼ਾਂ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਨੇ ਉਹ ਠੀਕ ਹੈ ਠੀਕ ਹੈ ਤੇ ਉੱਥੋਂ ਫਿਰ ਉਹਨਾਂ ਨੇ ਬੱਸ ਚ ਬਿਠਾ ਕੇ ਬੱਸ ਜੀ ਸਾਨੂੰ ਆਪਣਾ ਚੌਂਕੀ ਚ ਲੈ ਗਏ ਚੌਂਕੀ ਐਂਟਰ ਕੀਤਾ ਮੈਂ ਬੈਂਚ ਲੱਗੇ ਹੋਏ ਸੀ ਜਿਵੇਂ ਆਪਾਂ ਸਟੇਡੀਅਮ ਚ ਨੀ ਸਟੇਡੀਅਮ ਚ ਆਲੇ ਦੁਆਲੇ ਲੱਗੀਆਂ ਹੁੰਦੀਆਂ ਕੁਰਸੀਆਂ ਪਿੱਛੇ ਉਹਦੇ ਉਹਦੀ ਲਾਈਨ ਉੱਥੇ ਪਿੱਛੇ ਵਾਲੀ ਉੱਚੀ ਉਹਦੀ ਲਾਈਨ ਪਿੱਛੇ ਉੱਚੀ ਉੱਥੇ ਬੈਠ ਕੇ ਬਾਰੀ ਬਾਰੀ ਬਸ ਉਹ ਹੋ ਹੀ ਗਿਆ ਸਾਨੂੰ ਇੱਕ ਟੈਗ ਜਿਹਾ ਦੇ ਦਿੱਤਾ ਜੀ ਉਹਨਾਂ ਨੇ ਬੱਸ ਚ ਬੈਠ ਗਏ ਹੋਏ ਉਹਦੇ ਨੰਬਰ ਲਿਖਿਆ ਹੋਇਆ ਜੀ ਤੇਰਾ ਆਹ ਨੰਬਰ ਤੇਰਾ ਇੰਨਾ ਨੰਬਰ ਗਰੁੱਪ ਲਿਖਿਆ ਹੋਇਆ ਸੀ ਮੇਰਾ ਗਰੁੱਪ ਹੈਗਾ ਸੀ 72 ਨੰਬਰ ਹੈਗਾ ਸੀ ਮੇਰਾ 158 ਅਸੀਂ ਰਾਤ ਨੂੰ 10 ਵਜੇ ਫੜੇ ਗਏ ਸੀ 76 ਨੰਬਰ ਗਰੁੱਪ ਸੀ ਮੇਰਾ ਦੇਖ ਲਓ 75 ਗਰੁੱਪ ਪਹਿਲਾਂ ਆ ਚੁੱਕੇ ਸੀ 75 ਨੂੰ ਦੇਖ ਲਓ ਦੋ ਨਾਲ ਇੱਕ ਦਿਨ ਚ 15,000 ਬੰਦਾ ਮੇਰੇ ਤੋਂ ਪਹਿਲਾਂ ਆ ਗਿਆ ਸੀ ਉਹਨਾਂ ਨੇ ਫਿਰ ਉੱਥੋਂ ਜਦ ਮੇਰਾ ਨੰਬਰ ਆਇਆ ਮੇਰਾ ਦੇਖ ਲਾ ਮੈਂ 12 ਵਜੇ 11:30 ਬੈਠ ਗਿਆ ਸੀ ਉੱਥੇ ਜਾ ਕੇ ਮੇਰੇ ਤੇ ਮੇਰੀ 2 ਵਜੇ ਵਾਰੀ ਆਈ ਪਾਸਪੋਰਟ ਦੇ ਉਹਨੇ ਪਾਸਪੋਰਟ ਸਕੈਨ ਕਰ ਲਿਆ ਫਿਰ ਮੈਨੂੰ ਕਹਿੰਦਾ ਉੱਥੇ ਖੜ ਜਾ ਜਾ ਕੇ ਕੰਦੀ ਜੀ ਲੱਗੇ ਉੱਥੇ ਮੇਰੀ ਫੋਟੋ ਖਿੱਚ ਲਈ ਉਹਨੇ ਤੇ ਇੱਕ ਅੱਖਾਂ ਦੇ ਲੈ ਲਿਆ ਆਈ ਸਕੈਨ ਕਰ ਲਿਆ ਰਟੀਨਾ ਸਕੈਨ ਕਰ ਦੇਣਾ ਫਿਰ ਉੱਥੇ ਬਸ ਇੱਕ ਉਹ ਪਏ ਸੀ ਆਪਣਾ ਜਿਵੇਂ ਆਪਣਾ ਕੁੰਦਰਾ ਹੁੰਦੇ ਨੀ ਜਿਵੇਂ ਆਪਾਂ ਇੱਥੇ ਆਧਾਰ ਕਾਰਡ ਦਾ ਅੰਗੂਠਾ ਲਾ ਕੇ ਉਹ ਕਰਦੇ ਆ ਸਕੈਨਰ ਹਾਂ ਪਹਿਲਾਂ ਕਹਿੰਦਾ ਬਹੁਤ ਸਾਂਭੇ ਕਲੋਸ ਕੀ ਚਦਰ ਵੀ ਦੋਨੋਂ ਅੰਗੂਠੇ ਜੋੜ ਕੇ ਫਿਰ ਪਹਿਲਾਂ ਕਹਿੰਦਾ ਵੀ ਬਹੁਤ ਸਾਂਭ ਕਲੋਸ ਕੀ ਚਦਰ ਵੀ ਦੋਨੋਂ ਅੰਗੂਠੇ ਜੋੜ ਕੇ ਇੱਕ ਦੂਜੇ ਨਾਲ ਤੇ ਫਿਰ ਲੈਫਟ 4 ਫਿੰਗਰ ਤੇ ਰਾਈਟ 4 ਫਿੰਗਰ ਚਲੋ ਉਹ ਕਰਕੇ ਕਹਿੰਦਾ ਜਾ ਆਪਣਾ ਉੱਥੇ ਬਹਿ ਜਾ ਦੁਬਾਰਾ ਫਿਰ ਉਹ ਆਏ ਲੈਣ ਸਾਨੂੰ ਆਪਣਾ ਇੱਕ ਕਮਰੇ ਚ ਵੜਤਾ ਸਾਰੇ ਜਣਿਆਂ ਨੂੰ ਖਾਣ ਨੂੰ ਵਧੀਆ ਇੱਕ ਇੱਕ ਆਪਣਾ ਪੈਕਟ ਜੂਸ ਦਾ ਜਿਵੇਂ ਆਪਣੇ ਫਰੂਟੀਆਂ ਨੀ ਹੁੰਦੀਆਂ ਬੱਚੇ ਜੀ ਦੇ ਰਹੇ ਆ ਉਹ ਇੱਕ ਨਾਲ ਚੋਕਲੇਟ ਤੇ ਖਾਣ ਨੂੰ ਵਧੀਆ ਦਿੰਦੇ ਨੇ ਹਾਂ ਅੰਦਰ ਪੁਲਿਸ ਵਾਲੇ ਸਾਰਾ ਤੇ ਨਾਲ ਬਰੇਟੋ ਦਿੰਦੇ ਨੇ ਉਹ ਇੰਡੀਅਨ ਹੋਰਾਂ ਨੂੰ ਨੀ ਪੁੱਛਦੇ ਇੰਡੀਅਨ ਨੂੰ ਪੁੱਛਦੇ ਨੇ ਵੀ ਵੈਜੀਟੇਰੀਅਨ ਨੇ ਜਾਂ ਨਾਨ ਵੈਜੀਟੇਰੀਅਨ ਹਾਂ ਜਿਹੜਾ ਵੈਜੀਟੇਰੀਅਨ ਹੁੰਦਾ ਉਹਨਾਂ ਨੂੰ ਤਾਂ ਬੀਨ ਤੇ ਬੀਨ ਵਾਲਾ ਦਿੰਦੇ ਨੇ ਬਰੇਟੋ ਤੇ ਜਿਹੜਾ ਨਾਨ ਵੈਜ
ਵੈਜੀਟੇਰੀਅਨ ਹੁੰਦਾ ਉਹਨਾਂ ਨੂੰ ਬੀਫ ਵਾਲਾ ਦਿੰਦੇ ਨੇ ਆਪਣੇ ਸਾਰੇ ਲੋਕ ਖਾ ਲੈਂਦੇ ਨੇ ਬੀਫ ਵਾਲੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਤੇ ਮੈਡੀਕਲ ਹੋਇਆ ਬਾਕੀਆਂ ਨੂੰ ਕੱਠਾ ਫੇਰ ਪੰਦਰਾਂ ਵੀਹ ਜਣੇ ਇੱਕ ਹੀ ਕਮਰੇ ਚ ਤੇ ਇੱਕ ਇੱਕ ਸਾਨੂੰ ਉਹ ਦੇ ਕਮਰੇ ਵਧੀਆ ਹੁੰਦੇ ਹਾਲ ਵੱਡੇ ਉਹ ਨੀ ਹੁੰਦਾ ਕੋਈ ਬੈਡ ਵਗੈਰਾ ਨੀ ਹੁੰਦੇ ਵੀ ਬਾਹਰ ਆਪਣਾ ਆਪਣਾ ਗੱਦਾ ਲੈ ਗਏ ਚੱਕ ਕੇ ਜਿਵੇਂ ਆਪਣੇ ਮੈਟਰਸ ਹੁੰਦੇ ਨੇ ਇਹਦੇ ਬੈਡਾਂ ਨੇ ਐਵੇਂ ਦੇ ਹੁੰਦੇ ਨੇ ਆਪਣਾ ਆਪਣਾ ਰੱਖੋ ਤੇ ਨਾਲ ਇੱਕ ਇੱਕ ਉਹ ਦਿੰਦੇ ਨੇ ਆਪਣਾ ਸ਼ੀਟ ਜੀ ਬਿਮਾਰੀ ਤੋਂ ਬਚਾਉਣ ਵਾਸਤੇ ਏਸੀ ਉਹ ਟੋਰਚਰ ਨੀ ਕਰਦੇ ਹੈਗੇ ਵੀ ਆਪਾਂ ਕਹੀਏ ਟੋਰਚਰ ਕਰਦੇ ਨੇ ਟੋਰਚਰ ਕਰਨ ਵਾਸਤੇ ਨੀ ਹੁੰਦਾ ਤੇ ਉਹ ਬਿਮਾਰੀ ਤੋਂ ਬਚਾਉਣ ਵਾਸਤੇ ਹੁੰਦਾ ਵੀ ਇੱਕ ਦੂਜੇ ਦੀ ਬਿਮਾਰੀ ਨਾ ਕਿਸੇ ਨੂੰ ਲੱਗੇ ਰੂਮ ਚ ਲਾਇਕ ਕਰਿਆ ਏਸੀ ਹੁੰਦਾ ਔਨ ਕਿ ਪਤਲੀ ਜੀ ਚਾਦਰ ਹੁੰਦੀ ਇੱਕ ਪਤਲੀ ਜੀ ਉਹ ਉੱਪਰ ਲਈ ਹੁੰਦੀ ਆ ਉਹ ਪਤਲੀ ਵੀ ਉਹ ਤਾਂ ਹੀ ਲੈਂਦੇ ਨੇ ਉਹ ਵੀ ਉਹ ਨਾ ਕਰ ਲੈ ਕੋਈ ਕਰਨਾ ਲਵੇ ਆਪਣੇ ਆਪ ਨੂੰ ਤੇ ਇੱਕ ਉਹਨਾਂ ਨੂੰ ਧੋਣ ਦਾ ਵੀ ਪੰਗਾ ਪੈ ਜਾਂਦਾ ਨਾ ਧੋਣ ਦਾ ਚੱਕਰ ਪੈ ਜਾਂਦਾ ਵੀ ਇੱਕ ਵਾਰ ਕਾ ਕੀ ਯੂਜ਼ ਕੀਤਾ ਹਾਂ ਉਹ ਪੋਰਟੇਬਲ ਹੁੰਦੇ ਆ ਨੇ ਤੇ ਆਪਣਾ ਇੱਕ ਵਾਰ ਯੂਜ਼ ਕਰਕੇ ਆਪਣੀ ਗੇਅਰ ਤੋਂ ਹਰੇ ਰੋਜ਼ ਨਵੀਂ ਦਿੰਦੇ ਨੇ ਕਿੰਨੇ ਦਿਨ ਬਾਅਦ ਲਾਈ ਮੈਂ 3 ਦਿਨ ਲਾਈ ਤੇ ਉਹ ਤੋਂ ਬਾਅਦ ਅਗਲੇ ਦਿਨ ਫਿਰ ਤੀਜੀ ਚੌਂਕੀ ਚ ਲੈ ਗਏ ਤੀਜੇ ਦਿਨ ਹੋਰ ਤੋਂ ਸ਼ਿਫਟ ਕਰਤਾ ਜੀ ਉਹਨਾਂ ਨੇ ਉੱਥੇ ਸਾਡੇ ਵਗੈਰਾ ਹੋਏ ਜਿੱਥੇ ਤੁਸੀਂ ਫੜੇ ਜਾਂਦੇ ਆਪਾਂ ਇੱਥੇ ਤਾਂ ਫੜਦੇ ਨੇ ਉਸ ਤੋਂ ਅੱਗੇ ਕਿੱਥੇ ਮੂਵ ਆਨ ਕਰਦੇ ਨੇ ਹੁਣ ਤਾਂ ਵਿੱਚ ਨੇੜੇ ਤੇੜੀ ਨੇ 20-50 ਕਿਲੋਮੀਟਰ ਦੇ ਏਰੀਏ ਚ ਅਲੱਗ ਅਲੱਗ ਡਿਪਾਰਟਮੈਂਟ ਬਣਾਏ ਹੋਏ ਨੇ ਜਿਵੇਂ ਪਹਿਲੇ ਡਿਪਾਰਟਮੈਂਟ ਪੁਰਾਣਾ ਅੱਗੇ ਭੇਜਦਾ ਹੋਰ ਅੱਗੇ ਪਹਿਲੀ ਸਟੇਜ ਚ ਫੋਟੋ ਹੋਈ ਰਟੀਨਾ ਸਕੈਨ ਹੋਇਆ ਫਿੰਗਰ ਸਕੈਨ ਪ੍ਰਿੰਟ ਹੋਏ ਤੇ ਪਾਸਪੋਰਟ ਸਕੈਨ ਹੋਇਆ ਦੂਜੀ ਚ ਮੈਡੀਕਲ ਹੋਇਆ ਜਦੋਂ ਤੀਜੀ ਚ ਪਹੁੰਚੇ ਉੱਥੇ ਸਾਈਨ ਹੁੰਦੇ ਨੇ ਡਾਕੂਮੈਂਟ ਤਿਆਰ ਹੁੰਦੇ ਨੇ ਸਾਰੇ ਤੇ ਆਪਣਾ ਕੋਈ ਜਿਵੇਂ ਗਰੰਟਰ ਵਗੈਰਾ ਉਹਦਾ ਨੰਬਰ ਪੁੱਛਦੇ ਨੇ ਕਿੱਥੇ ਜਾਣਾ ਕਿਹੜਾ ਐਡਰੈਸ ਆ ਤੁਹਾਡਾ ਕਿਹਦੇ ਕੋਲ ਜਾ ਰਹੇ ਹੋ ਇਹ ਪੁੱਛਦੇ ਨੇ ਉੱਥੇ ਜਿਹੜਾ ਉੱਥੋਂ ਕਰਕੇ ਫਾਈਲ ਤਿਆਰ ਹੁੰਦੀ ਆ ਫਿਰ ਉੱਥੇ 3 ਰਾਤਾਂ ਲਾਈਆਂ ਚੌਥੇ ਦਿਨ ਸਾਨੂੰ ਫੇਰ ਬਿਠਾਇਆ ਜਦੋਂ ਸਾਨੂੰ ਦੁਬਾਰਾ ਗੱਡੀ ਚ ਬਿਠਾਇਆ ਸਾਨੂੰ ਬੈਗ ਦੇ ਦੇ ਨਾਲ ਜਦੋਂ ਬੈਗ ਕਿਤੇ ਕਿਤੇ ਬੈਗਾਂ ਦੇ ਵਿੱਚ ਫੋਨ ਸੀ ਸਾਨੂੰ ਸਾਰਾ ਕੁਛ ਬੈਗਾਂ ਦੇ ਵਿੱਚ ਹੀ ਪਵਾ ਕੇ ਨਾ ਉਹਨਾਂ ਨੇ ਉਹ ਲਾ ਦੇਣੀ ਸੀਲਾਂ ਵੈਲਕਮ ਸੈਂਟਰ ਸੀ ਉਹ ਨਾ ਜਿਵੇਂ ਆਪਣਾ ਆਪਣਾ ਖਾਲਸਾ ਜਿਹੜਾ ਐਵੇਂ ਚੈਰਿਟੀ ਗਰੁੱਪ ਨੇ ਇੱਥੇ ਉਹਨਾਂ ਨੇ ਬਣਾਇਆ ਹੋਇਆ ਰਿਫਿਊਜੀਆਂ ਵਾਸਤੇ ਸਪੈਸ਼ਲ ਉੱਥੇ ਛੱਡ ਦਿੰਦੇ ਠੀਕ ਹੈ ਉੱਥੇ ਉਹਨਾਂ ਨੇ ਬਹੁਤ ਬੜਾ ਹਾਲ ਬਣਾਇਆ ਹੋਇਆ ਬੈੱਡ ਵਗੈਰਾ ਲਾ ਰਹੇ ਨੇ ਮੰਜੇ ਵਗੈਰਾ ਖਾਣ ਪੀਣ ਦਾ ਸਾਰਾ ਕੁਛ ਪ੍ਰਬੰਧ ਹੈਗਾ ਤੇ ਪਹਿਲਾਂ ਤਾਂ ਜਾਂਦਿਆਂ ਨੂੰ ਉਹਨਾਂ ਨੇ ਖਾਣਾ ਖਿਲਾਇਆ ਵਧੀਆ ਬਾਹਰ ਜੂਸ ਵਗੈਰਾ ਦਿੱਤਾ ਹੋਰ ਰੋਟੀ ਰੁਟੀ ਜਿਹੜਾ ਕੁਛ ਤੇ ਫਿਰ ਉੱਥੇ ਕੋਰੋਨਾ ਟੈਸਟ ਹੋਇਆ ਉਹ ਕਹਿੰਦੇ
ਟਿਕਟ ਕਰਾਣੀ ਆ ਜਿੱਥੇ ਵੀ ਜਾਣਾ ਬੱਸ ਦੀ ਜਾਂ ਟ੍ਰੇਨ ਦੀ ਜਾਂ ਕਿਸੇ ਨੂੰ ਬੁਲਾਉਣਾ ਜਾਂ ਏਅਰਪਲੇਨ ਦੀ, ਇੱਕ ਵਾਰੀ ਕਰੋਨਾ ਟੈਸਟ ਕਰਾ ਕੇ ਜਦੋਂ ਉਹਦੀ ਰਿਪੋਰਟ ਮਿਲ ਜਾਂਦੀ ਨਾਲ ਦੀ ਨਾਲ 15 ਕੁ ਮਿੰਟ 'ਚ, ਵੀ ਉਹ ਤੋਂ ਬਾਅਦ ਕਰਾਇਓ, ਵੀ ਪਹਿਲਾਂ ਨਾ ਕਰਾਇਓ। ਪੋਜ਼ਿਟਿਵ ਆ ਗਿਆ ਵੀ ਫਿਰ ਤੁਹਾਨੂੰ ਅਸੀਂ ਰੱਖਾਂਗੇ 2 ਦਿਨ ਹੋਰ ਬਈ। ਕਰਕੇ ਕਰੋਨਾ ਟੈਸਟ ਕਹਿੰਦੇ ਠੀਕ ਆ, ਨੈਗੇਟਿਵ ਆ, ਤੇ ਅੱਗੇ ਅੱਗੇ ਉਹਨਾਂ ਨੇ ਬਣਾਏ ਹੋਏ ਨੇ ਸਾਰਾ ਕੁਛ। ਜੇ ਕਿਸੇ ਨੇ ਟਿਕਟ ਕਰਵਾਉਣੀ ਆ ਉਹ ਵੀ ਫੈਸਿਲਿਟੀ ਹੈਗੀ ਉਹਨਾਂ ਕੋਲ, ਸਾਰੀ ਕਰਕੇ ਦਿੰਦੇ ਨੇ। ਫੋਨ ਕਰਿਆ ਪਿੰਡ ਵਾਲੇ ਮੁੰਡੇ ਨੂੰ, ਮੈਂ ਵੀ ਐਵੇਂ ਕਰਕੇ ਮੈਂ ਉੱਥੇ ਪਹੁੰਚ ਗਿਆ, ਕਹਿੰਦੇ ਠੀਕ ਆ ਵੀ ਦੱਸ। ਚੱਲ ਉਹਨਾਂ ਨੇ ਚੈੱਕ ਕਰੀ ਫਲਾਈਟ ਦੀ ਟਿਕਟ, ਉਹ ਮਿਲ ਰਹੀ ਸੀ ਅਗਲੇ ਦਿਨ ਸ਼ਾਮ ਨੂੰ 6 ਵਜੇ ਬੁੱਕ ਹੋਈ ਹੋਈ। ਉਹ ਕਹਿੰਦੇ ਵੀ ਅਗਲੇ ਦਿਨ ਤੱਕ ਵੇਟ ਕਰਨਾ ਪਊਗਾ, ਜਾਂ ਫਿਰ ਉਹਨਾਂ ਨੇ ਚੈੱਕ ਕਰੀ ਬੱਸ ਦੀ ਟਿਕਟ ਮਿਲ ਗਈ ਸੀ ਉਸ ਦਿਨ ਦੀ, ਉਸੇ ਦਿਨ ਸ਼ਾਮ ਦੀ। ਮੈਂ ਚਲ ਬੱਸ ਦੀ ਠੀਕ ਆ, ਬੱਸ ਦੀ ਹੋਈ $250 ਦੀ ਟਿਕਟ ਠੀਕ ਹੈ। ਮੇਰੀ 6:30 ਵਜੇ ਦੀ ਬੱਸ ਦੀ ਟਿਕਟ ਆ ਤੇ ਫੀਨਿਕਸ ਤੋਂ, ਅਰੀਜ਼ੋਨਾ ਚ ਦੀ ਸੀ। ਦੁਬਾਰੇ ਉਹਨੂੰ ਦਿਖਾਇਆ ਪੇਪਰ, ਉਹਤੇ ਲਿਖਿਆ ਹੋਇਆ ਟਾਈਮ, ਉਹ ਕਹਿੰਦੀ ਬੈਠ 5 ਮਿੰਟ ਤੇ ਮੈਨੂੰ ਨਾਲ ਲੈ ਗਈ ਉੱਥੇ, ਟੈਕਸੀ ਲਿਆਏ ਉਹ, ਤੇ ਜਿੱਥੇ ਵੀ ਜਾਣਾ ਜਿਹਨੇ ਏਅਰਪੋਰਟ ਤੇ ਜਾਣਾ ਜਾਂ ਸਟੈਂਡ ਜਾਣਾ ਜਾਂ ਗੁਰਦੁਆਰੇ ਜਾਣਾ, ਉਹ ਉੱਥੇ ਉਹਨਾਂ ਨੂੰ ਫ੍ਰੀ ਛੱਡ ਕੇ ਆਉਂਦੇ ਨੇ ਚੈਰਿਟੀ ਵਾਲੇ ਟੈਕਸੀ। ਅਗਲੇ ਦਿਨ 10 ਵਜੇ ਮੈਂ ਆਪਣਾ ਟੈਲੀਫੋਨਿਆ ਫੋਟੋ ਮੈਂ ਦੇਖੀਆਂ ਨੇ ਮੈਂ ਕਿਹਾ ਯਾਰ ਫੋਟੋ ਬਹੁਤ ਵਧੀਆ ਪਏ ਗਏ ਆ। ਮੈਨੂੰ 1:30 ਵਜੇ ਖਾਊਂਗਾ 2 ਵਜੇ ਸੌਂਗਾ, ਫਿਰ ਕੱਲ ਦੁਪਹਿਰੇ ਨੂੰ 12 ਵਜੇ ਉੱਠੂਗਾ। ਆਹ ਉਹ ਤਾਂ ਹੈ ਹੀ ਹੈ, ਆਰਾਮ ਨਾਲ ਰੈਸਟ ਮਿਲਦਾ ਕਿਤੇ ਨਾ। ਜਦੋਂ ਮੇਰੇ ਕੋਲ ਦੁਪਹਿਰ ਦੇ 12 ਵਜੇ ਨੇ ਉੱਥੇ ਇੰਡੀਆ ਰਾਤ ਦੇ 2 ਵਜੇ ਰਹੇ ਹੋਣੇ। ਚਲੋ ਜੀ ਦੇਰ ਦੇ ਆਪਣਾ ਇਹ ਕੰਮ ਦਾ ਪ੍ਰੋਪਰ ਹੱਥੀ ਪੈਣਾਗੇ ਦੁਬਾਰਾ। ਤੇ ਫਿਰ ਇੱਕ ਕੱਲ ਸੰਡੇ ਆ, ਫਿਰ ਮੈਂ ਨਾ ਨੂੰ ਕਿ ਫਿਰ ਕੱਲ 2 ਵਜੇ ਮੈਂ ਗੁਰਦੁਆਰੇ ਜਾਣਾ। ਠੀਕ ਹੈ ਇੱਕ ਦੋ ਕੰਮ ਹੋਰ ਨੇ, ਬਾਹਰ ਮੱਟ ਜਾਣਾ, ਫਿਰ ਉਸੇ ਦੂਰ ਹੈ ਜੀ, ਥੋੜੀ ਜਿਹੀ ਸਮਾਨ ਤੇ ਲੈ ਕੇ ਆਣਾ, ਉਹ ਕਰੂੰਗਾ। ਤੇ ਆਪਾਂ ਕਿੱਥੇ ਸੀ ਭਾਈ?
ਬਸ ਫਿਰ ਮੈਂ ਇੱਥੇ ਪਹੁੰਚ ਗਿਆ ਮੁੰਡੇ ਕੋਲ ਤੇ ਉੱਥੋਂ ਫਿਰ ਇੱਥੇ ਆਈਸ ਵਾਲੇ ਨੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਜੀ ਵੀ ਆਪਣਾ ਜਿੱਥੇ ਵੀ ਤੇਰਾ ਐਡਰੈਸ ਵੀ ਜਿੱਥੇ ਜਾਏਂਗਾ ਉੱਥੇ ਆਪਣਾ ਇਮੀਗ੍ਰੇਸ਼ਨ ਵਾਲਿਆਂ ਦੇ ਦਫ਼ਤਰ 'ਚ ਜਾ ਕੇ ਹਾਜ਼ਰੀ ਲਵਾ ਜਾਏਂਗੇ ਉਹ ਤੈਨੂੰ ਦੱਸਣਗੇ ਅੱਗੇ ਦੀ ਵੀ ਕੀ ਪ੍ਰੋਸੈਸ ਆ ਦੁਬਾਰਾ ਫੇਰ ਆਣਾ ਉਹ ਲਾਂਦੇ ਹੁੰਦੇ ਨੇ ਲੋਕੇਸ਼ਨ ਜਿੱਥੇ ਮੈਂ ਉੱਥੇ ਗਿਆ ਸੀ ਡਾਊਟ ਹੁੰਦਾ ਫਿਰ ਉਹ ਲੋਕੇਸ਼ਨ ਪਾ ਕੇ ਆਪਾਂ ਨੂੰ ਦੱਸ ਦਿੰਦੇ ਨੇ ਇੰਨੇ ਕੁ ਏਰੀਏ ਚ ਰਹਿਣਾ ਜੇ ਤੂੰ ਬਾਹਰ ਨੀ ਜਾਣਾ ਉਹਨਾਂ ਨੂੰ ਪਤਾ ਲੱਗਿਆ ਵੀ ਕਿੱਥੇ ਕਿੱਥੇ ਜਾ ਰਿਹਾ ਉਹ ਟਰੈਕ ਕਰ ਦਿੰਦੇ ਨੇ ਸਾਰਾ ਕੁਛ ਉਹਨੂੰ ਕਹਿੰਦੇ ਕੀ ਨੇ ਪ੍ਰੋਪਰ ਕੀ ਨਾਮ ਹੁੰਦਾ ਉਹਨੂੰ ਉਹੀ ਕੜਾ ਕਹਿੰਦੇ ਹੋਰ ਵੀ ਕਹਿੰਦੇ ਨੇ ਪੁੱਛਦੇ ਨੇ ਲਾਵਾਂਗੇ ਜਾਣਕਾਰ ਫੋਨ ਲੈ ਲੈਂਦਾ ਬੰਦਾ ਜੇ ਆਪਾਂ ਕਹਿੰਦੇ ਮੇਰੇ ਕੋਲ ਤਾਂ ਹੈ ਨੀ ਮੈਂ ਲਿਆ ਨੀ ਹਜੇ ਆਇਆ ਬਾਏ ਮਤਲਬ ਮੈਂ ਉਦਣ ਹੀ ਲੈ ਲਿਆ ਸੀ ਜਿੱਦਣ ਗਿਆ ਉਹ ਪੁੱਛਦੇ ਨੇ ਵੀ ਤੇਰੇ ਕੋਲ ਫੋਨ ਹੈਗਾ ਜੇ ਆਪਾਂ ਕਹਿੰਦੇ ਹਾਂ ਇਹਦਾ ਤਾਂ ਜੇ ਉਹਨਾਂ ਦੀ ਮਰਜ਼ੀ ਆ ਨਹੀਂ ਪਾਣਾ ਨਹੀਂ ਉਹ ਕਹਿੰਦੇ ਤੇਰੇ ਬੈਂਡ ਪਾ ਦਿੰਦੇ ਠੀਕ ਹੈ ਹਾਂ ਤੇ ਮੈਨੂੰ ਤਾਂ ਪੁੱਛਿਆ ਵੀ ਨਹੀਂ ਮੈਨੂੰ ਤਾਂ ਫੋਨ ਵੀ ਨਹੀਂ ਪੁੱਛਿਆ ਵੀ ਤੇਰੇ ਕੋਲ ਫੋਨ ਹੈਗਾ ਠੀਕ ਹੈ ਉਹ ਕਹਿੰਦਾ ਬੰਦਾ ਬੜਾ ਸਾਊਗਾ ਆ ਜਾਊਗਾ ਮੈਨੂੰ ਕਹਿੰਦੇ 17 ਜੁਲਾਈ ਨੂੰ ਆਣਾ ਤੇ ਨੇ ਦੁਬਾਰਾ ਮੈਂ ਕਿਹਾ ਠੀਕ ਹੈ ਫਿਰ ਉੱਥੋਂ ਮੈਂ ਇੱਥੇ ਆ ਗਿਆ ਜੀ ਮੈਂ ਤਾਂ ਉੱਥੋਂ ਕੈਲੀਫੋਰਨੀਆ ਨੂੰ ਮੂਵ ਹੋ ਗਿਆ ਸੀ ਕੈਂਸਸ ਦੂਰ ਬਹੁਤ ਸੀ ਤੇ ਫਿਰ ਮੈਂ 17 ਜੁਲਾਈ ਨੂੰ ਜਾਣਾ ਸੀ ਮੈਂ 16 ਜੁਲਾਈ ਦੀ ਫਿਰ ਮੈਂ ਦੁਬਾਰਾ ਇੱਥੋਂ ਟਿਕਟ ਕਰਵਾਈ ਠੀਕ ਹੈ ਹਾਂ ਇੱਥੋਂ ਚੜਿਆ ਮੈਂ ਕੈਂਸਸ ਤੋਂ ਕੈਲੀਫੋਰਨੀਆ ਉੱਤਰਿਆ ਫਿਰ ਇਹਨੂੰ ਉੱਥੇ ਉਹਨਾਂ ਕੋਲ ਦੁਬਾਰਾ ਗਿਆ ਉਹਨਾਂ ਨੇ ਦੁਬਾਰਾ ਫਿਰ ਨਹੀਂ ਕੁਛ ਪੁੱਛਿਆ 5 ਮਿੰਟ ਮੇਰਾ ਦੁਬਾਰਾ ਪੇਪਰ ਵਾਪਸ ਕਰਤਾ ਉਹ ਕਹਿੰਦੇ ਵੀ 1 ਸਾਲ ਬਾਅਦ 17 ਜੁਲਾਈ 2024 ਨੂੰ ਆ ਜੀ ਹੁਣ ਸਵਾਲ ਜਵਾਬ ਜਿਹੜਾ ਹੋਣਗੇ ਉਹ ਵਕੀਲ ਨੇ ਕਰਨੇ ਨੇ ਵਕੀਲ ਨੇ ਜਵਾਬ ਦੇਣੇ ਨੇ ਵਕੀਲ ਕਰਨਾ ਆਪਾਂ ਨੇ ਕੁਛ ਨੀ ਕਰਨਾ ਹਾਂ ਜਿਹੜਾ ਗਰੰਟਰ ਹੁੰਦਾ ਉਹਦੇ ਨਾਲ ਕੋਈ ਗੱਲ ਬਾਤ ਵੀ ਨੀ ਕਰਦੇ ਹੈਗੇ ਕੁਛ ਨੀ ਪੁੱਛਦੇ ਕਿਛਦੇ ਬਸ ਇੱਕ ਐਡਰੈਸ ਹੀ ਪੁੱਛਦੇ ਨੇ ਆਪਣੇ ਤੋਂ ਵੀ ਕਿੱਥੇ ਚੱਲਿਆ ਕਿਹਦੇ ਕੋਲ ਚੱਲਿਆ ਉਹ ਮੈਪ ਤੇ ਚੈੱਕ ਕਰ ਲੈਂਦੇ ਨੇ ਵੀ ਇਹ
ਆਪਣਾ ਐਡਰੈਸ ਲੀਗਲ ਵੈਲਿਡ ਹੈਗਾ ਕਿ ਨਹੀਂ ਉਹਦਾ ਗਰੰਟਰ ਨੂੰ ਜਾਣਾ ਪੈਂਦਾ ਸੀ ਉਹਨਾਂ ਕੋਲ ਉਹ ਆਪਣੀ ਗਰੰਟੀ ਦਿੰਦਾ ਸੀ ਉਦੋਂ ਜੱਜ ਕਹਿ ਸੰਤ ਕਹਿ ਦਿੰਦਾ ਸੀ ਵੀ ਇਹਦੀ ਜਮਾਨਤ ਵਾਸਤੇ ਇੰਨੇ ਪੈਸੇ ਭਰ ਮੈਨੂੰ ਫਿਰ ਜਿਹੜਾ ਬੌਂਡ ਹੁੰਦਾ ਉਹ ਗਰੰਟਰ ਨੂੰ ਵਾਪਸ ਮਿਲ ਜਾਂਦਾ ਜਿਹੜਾ ਕੇਸ ਜੇ ਹੋ ਗਿਆ ਉਹ ਕਲੀਅਰ ਜਿਹੜਾ ਲੱਗਿਆ ਪੈਸਾ ਦਾ ਰਿਟਰਨ ਆ ਜਾਂਦਾ ਗਰੰਟਰ ਨੂੰ ਉਹਦੀ ਮਰਜ਼ੀ ਆ ਵੀ ਬੰਦੇ ਨੂੰ ਦੇਣਾ ਵਾਪਸ ਨਹੀਂ ਦਿੰਦਾ ਉਹਦੀ ਮਰਜ਼ੀ ਹੁੰਦੀ ਓਕੇ ਹੁਣ ਤਾਂ ਨਹੀਂ ਪੈ ਰਿਹਾ ਕੁਝ ਹੁਣ ਤਾਂ ਮਾਫ ਹੋ ਗਿਆ ਬੌਂਡਿੰਗ ਬੰਦ ਕਰਤੇ ਕਲੀਅਰ ਕਰਤੇ ਪਿੱਛੇ ਮੈਂ ਦੇਖਿਆ ਬੜਾ ਪੀਂਗਾ ਪਿਆ ਸੀ ਬਾਰਡਰਾਂ ਦੇ ਆਪਣੇ ਲਾਸ਼ ਆਪਾਂ ਉਸ ਟਾਈਮ ਨਿਕਲਿਆ ਉੱਤੋਂ ਦੀ ਤੇ ਲਾਸ਼ ਚੱਕਰ ਪਿਆ ਟੋਟਲ ਪੂਰਾ ਇੰਡੀਆ ਤੋਂ ਜੈਪੁਰ ਤੋਂ ਲੈ ਕੇ ਪੂਰੇ ਤੱਕ ਦਾ ਸਿੱਧਾ ਕੈਲੀਫੋਰਨੀਆ ਤੱਕ ਦਾ ₹70 lakh ਲੱਗ ਗਿਆ ਠੀਕ ਹੈ ਖਰਾਬ ਹੋ ਗਿਆ ਕੋਈ ਡਾਕੂਮੈਂਟ ਬਣਵਾਇਆ ਹੁਣ ਤਾਂ ਨੀ ਆਪਾਂ ਖਰਾਬ ਮੰਨਦੇ ਹੈਗੇ ਪਹਿਲਾਂ ਖਰਾਬ ਰਹਿੰਦਾ ਜੀ ਹਾਂ ਖਰਾਬ ਹੋ ਗਏ ਹੁਣ ਤਾਂ ਐ ਵੀ ਚਲੋ ਜੇ ਸਾਲੇ ਸਾਲ ਚ ਪੂਰੇ ਹੋਣੇ ਜੀ ਦੋ ਚ ਕਰ ਦਿਆਂਗੇ ਉੱਥੇ ਤਾਂ ਦੇਖੋ ਬਸ ਜੀ ਉੱਥੇ ਪੂਰੇ ਹੋ ਜਾਂਦੇ ਨੇ ਯਾਰ ਇਹ ਸਹੀ ਗੱਲ ਕਰਦਾ ਹੈ ਉਹਦਾ ਬੰਦੇ ਨੇ ਵੀ ਕਰ ਵੀ ਦਿੰਦਾ ਪਤਾ ਉਹਨੂੰ ਪਤਾ ਬਈ ਕਰਨਾ ਪੂਰਾ ਜੇ ਆਪਾਂ ਇਹ ਖਰਚਾ ਕਰੀ ਇੰਡੀਆ ਉਹ ਨੀ ਪੂਰਾ ਹੁੰਦਾ ਇੰਡੀਆ ਕਿੱਥੇ ਇੰਡੀਆ ਤੇ ਅਜੇ ਨਹੀਂ ਪੂਰਾ ਕਰ ਸਕਦਾ 70 lakh ਦਾ ਬੰਦਾ ਯਾਰ ਤਾਂ ਬੜਾ ਔਖਾ ਉਹ ਤਾਂ ਹੈ ਇੰਡੀਆ ਦਾ ਬੜਾ ਔਖਾ ਤਾਂ ਇੰਡੀਆ ਹੀ ਹੁੰਦਾ ਤੇ ਹੁਣ ਇਸ ਤੋਂ ਬਾਅਦ ਕੀ ਹੁਣ ਠੀਕ ਆ ਵਧੀਆ ਹਜੇ ਚੱਲ ਰਿਹਾ ਸਟੋਰ ਤੇ ਚੱਲਾਂਗੇ ਜਦ ਤੱਕ ਰੂਮ ਸਟੋਰ ਤੇ ਠੀਕ ਆ ਕੰਮ ਵਧੀਆ ਮਾਲਕ ਵੀ ਵਧੀਆ ਨੇ ਪੰਜਾਬੀ ਮਾਲਕ ਨੇ ਲੁਧਿਆਣੇ ਦੇ ਨੇ ਬੰਦੇ ਚਲੋ ਮਤਲਬ ਹੁਣ ਇਹ ਕਿ ਮਤਲਬ ਹੁਣ ਪੂਰਾ ਮਹੀਨਾ ਸਫ਼ਰ ਕਰਕੇ ਹੁਣ ਲਾਸਟ ਸੱਚ ਸਾਂ ਜਾਨ ਹੈਗੀ ਪ੍ਰੋਪਰ ਕਰ ਲਿਆ ਹੁਣ ਪਹੁੰਚ ਗਏ ਸੋਚਿਆ ਜਿੱਥੇ ਆਪਾਂ ਹਾਂ ਹਾਂ ਕੰਮ ਵੀ ਮਿਲ ਗਿਆ ਸਾਰਾ ਕੁਝ 2 ਮਹੀਨੇ ਪਹਿਲੇ ਬੈਠਾ ਵੀ ਉੱਥੇ ਕੈਲੀਫੋਰਨੀਆ ਬੰਦਿਆਂ ਨੇ ਵਧੀਆ ਰੱਖਿਆ ਖਲਾਇਆ ਪਲਾਇਆ ਦਾ ਰੂਪ ਵੀ ਘੁਮਾਇਆ ਵੀ ਤੇ ਮੈਂ ਹੁਣ ਵੀ ਮੈਂ ਗੱਲ ਕਹੀ ਜਾਂਦਾ ਜੀ ਵੀ ਕੰਮ ਤੋਂ ਬਾਅਦ ਉਹ ਕਹਿੰਦੇ ਜਦੋਂ ਤੋਂ ਕੰਮ ਲੱਗ ਗਿਆ ਤਦ ਤੋਂ ਕੁਛ ਨੀ ਦਿੱਕਤ ਰਹਿਣਾ ਤੂੰ 2 ਮਹੀਨੇ ਵਿਹਲਾ ਬੈਠ ਕੇ ਦੇਖ ਲਾ ਪਹਿਲਾਂ ਘੰਟੇ ਲੱਗੇ ਲਗਾਤਾਰ ਖੜੇ ਰਹੇ ਉੱਥੇ ਤੇ ਹੁਣ ਆ ਕੇ ਬਸ ਨਹਾਉਣ ਦਾ ਕਦੇ ਜੀ ਕਰਦਾ ਹੁੰਦਾ ਕਦੇ ਕਰਦਾ ਵੀ ਨਹੀਂ ਹੁੰਦਾ ਸਪਟੰਬਰ ਦੇ ਹਾਂ ਪਹਿਲੇ ਵੀਕ ਚ ਠੰਡ ਹੋ ਜਾਂਦੀ ਉੱਥੇ ਸਨੋ ਵੀ ਪੈਂਦੀ ਆ ਰੂਟ ਹੋਰ ਹੁੰਦਾ ਜਿਹੜਾ ਤੁਸੀਂ ਬਾਏ ਏਅਰ ਗਏ ਹੋ
ਜਿਹੜੇ ਕਿ ਬਾਈ ਲੈਂਡ ਆਉਂਦਾ ਹੈ ਬਾਈ ਲੈਂਡ ਉਹ ਪਨਾਮਾ ਚ ਨੂੰ ਹੋ ਕੇ ਆਉਂਦਾ ਜੀ ਉਹਦਾ ਮੈਂ ਦੇਖਿਆ ਬੜਾ ਹੋਊ ਤੇ ਵਿਸਕਲਾ ਸਾਹਿਬ ਆ ਬੜਾ ਰਿਸਕੀ ਸਾਹਿਬ ਆ ਵੈਸੇ ਮੈਂ ਤਾਂ ਆਪ ਕਹਿੰਦਾ ਆਪਾਂ ਖੁਦ ਹੀ ਚ ਤੁਸੀਂ ਚ ਮੈਂ ਵੀ ਆਪਾਂ ਜਿਵੇਂ ਪ੍ਰਮੋਟ ਨਹੀਂ ਕਰ ਰਹੇ ਬਟ ਇੱਕ ਬੰਦੇ ਦੀ ਮਜਬੂਰੀ ਹੈ ਤੇ ਲਾਸ਼ ਆ ਕੇ ਕਿ ਬਾਈ ਕੁਝ ਕਰਨਾ ਤਾਂ ਹੈਗਾ ਹੀ ਆ ਠੀਕ ਨਹੀਂ ਮੈਕਸੀਕੋ ਸੀਰੇ ਆ ਕੇ ਵੀ ਮੁੜ ਜਾਂਦੇ ਨੇ ਯੂ ਐਸ ਏ ਆ ਕੇ ਵੀ ਮੁੜ ਜਾਂਦੇ ਨੇ ਕਈਆਂ ਨੂੰ ਦੇਖ ਇਥੋਂ ਵੀ ਕਹਿੰਦੇ ਨੇ ਆਪਣਾ ਡਿਟੈਂਸ਼ਨ ਸੈਂਟਰਾਂ ਚ ਉਹਨਾਂ ਚੋਂ ਜਿਹੜੇ ਬੰਦੇ ਕੋਲ ਪੂਰਾ ਸੂਰਾ ਹੋਵੇ ਬਿਆਹ ਚੱਕ ਕੇ ਪੈਸਾ ਜਾਏ ਉਹ ਤਾਂ ਔਖਾ ਹੀ ਹੈ ਨਾ ਔਖਾ ਹੀ ਔਖਾ ਤੇ ਕੱਲ ਨੂੰ ਰੱਬ ਨਾ ਕਰੇ ਕੰਮ ਨਾ ਬਣੇ ਪੈਸਾ ਵੀ ਗਿਆ ਕਹਿੰਦਾ ਕਿੱਥੇ ਚੱਲੋ ਫਿਰ ਕੱਲ ਕਰਾ ਕੇ ਟਿਕਟ ਮੈਂ ਇੰਡੀਆ ਆ ਜਾਵਾਂ ਬਾਕੀ ਕੋਈ ਹੋਰ ਸਵਾਲ ਜਵਾਬ ਹੋਇਆ ਤੁਹਾਡੀ ਮੈਂ ਆਈ ਡੀ ਮੈਂਸ਼ਨ ਹੋ ਰਹੀ ਆ ਬਾਕੀ ਨੀਚੇ ਲਿਖ ਦਾਂਗੇ ਆਪਾਂ ਕੋਈ ਗੱਲ ਨੀ ਜਿਵੇਂ ਲੋਕਾਂ ਦਾ ਰੌਲਾ ਪਾ ਰੱਖਿਆ ਹੁਣ ਸਖਤਾਈ ਹੋ ਗਈ ਹੋਗੀ ਇੱਥੇ ਕੋਈ ਸਖਤਾਈ ਨੀ ਹੈਗੀ ਬਾਰਡਰ ਖੁੱਲਾ ਪਿਆ ਜਿਵੇਂ ਮਰਜ਼ੀ ਪਿੱਛੇ ਰਸਤੇ ਜ਼ਰੂਰ ਸਖਤਾਈ ਹੈ ਦੂਜੀਆਂ ਕੰਟਰੀਆਂ ਦੇ ਏਅਰਪੋਰਟਾਂ ਤੇ ਬਹੁਤ ਨੇ ਪਹਿਲਾਂ ਉਹ ਭਲਾਈ ਕਰੋ ਲੀਗਲ ਟਾਈਮ ਅਜੇ ਲੀਗਲ ਚ ਨਹੀਂ ਬੜਾ ਲਾਸਟ ਹੀ ਸੋਚੋ ਕਿ ਬਾਈ ਹੁਣ ਤਾਂ ਜਾਣਾ ਹੀ ਪੈਣਾ ਫਿਰ ਠੀਕ ਨੀ ਉਹ ਵੀ ਜੇ ਨਹੀਂ ਬਾਕੀ ਸਭ ਨੌਕਰੀ ਪੇਸ਼ਾ ਵੀ ਦੇਖਿਆ ਕੁਛ ਬਣਿਆ ਨੀ ਹੁਣ ਫਿਰ ਜਾ ਬਾਕੀ ਕੋਈ ਸਵਾਲ ਜਵਾਬ ਹੋਇਆ ਸਾਨੂੰ ਦੱਸ ਦਿਓ ਆਪਾਂ ਦੇਖ ਲਾਂਗੇ ਕਰ ਲਾਂਗੇ ਦੁਬਾਰਾ ਲਾਈਵ ਕਿਸੇ ਚੀਜ਼ ਤੇ ਬਾਕੀ ਤੁਸੀਂ ਖੁਦ ਕੋਈ ਗੱਲ ਗੁੱਲ ਕਰਨੀ ਹੋਵੇ ਕਿਸੇ ਚੀਜ਼ ਤੇ ਦੱਸਣਾ ਹੋਵੇ ਦੱਸਣਾ ਆ ਵੀ ਦੇਖ ਅਮਰੀਕਾ ਵਾਲਾ ਅਮਰੀਕਾ ਹੀ ਆ ਗੱਲ ਤਾਂ ਕਿਹਾ ਰਹੀ ਆ ਅਮਰੀਕਾ ਅਮਰੀਕਾ ਹੀ ਆ ਹਾਂ ਜ਼ਮੀਨ ਦਾ ਤਾਂ ਆਏ ਤੇ ਪਈ ਜਾਂਦਾ ਫਿਰ ਬੰਦੇ ਦੀ ਰਿਸਪੈਕਟ ਕਰਦੇ ਨੇ ਬੰਦੇ ਦੀ ਵੈਲਿਊ ਸਮਝਦੇ ਆ ਦੇਸ਼ ਇਹ ਉਹਦਾ ਬੰਦੇ ਦੀ ਵੈਲਿਊ ਆਪਣੇ ਉਹ ਨਾ ਪੂਰੇ ਬੰਦੇ ਦੀ ਬੰਦੇ ਨਹੀਂ ਉਹਦੇ ਬੰਦੇ ਦਾ ਪੈਸਾ ਵੈਲਿਊ ਆ ਮੈਟਰ ਕਰਦਾ ਨਾ ਨਾ ਇੱਥੇ ਬੰਦੇ ਦੀ ਵੈਲਿਊ ਇਹ ਨਾ ਅਮਰੀਕਾ ਚ ਮੈਂ ਬਾਹਰ ਆਪ ਦੇਖੇ ਨੇ ਬਾਹਰ ਬੰਦੇ ਦੀ ਬਹੁਤ ਵੈਲਿਊ ਹੈ ਉੱਥੇ ਤੋਂ ਇਹਨੂੰ ਪੈਸਾ ਗੱਡੀ ਚਾਰ ਸਾਈਕਲ ਚਾਰ ਉਹ ਬੰਦਾ ਮੈਟਰ ਕਰਦਾ ਉੱਥੇ ਮੇ ਖਾਸ ਮੇ ਆਫ ਵੇ ਆਫ ਟਾਕ ਦਾ ਕੋਈ ਜੀਤ ਬਿਨਾ ਨੀ ਬੋਲਦਾ ਸਰ ਕਹਿੰਦਾ ਕੋਈ ਮੈਨੂੰ ਕਹਿੰਦਾ ਥੈਂਕ ਯੂ ਕਹਿੰਦੇ ਨੇ ਜੇ ਕੋਈ ਚੀਜ਼ ਵੀ ਮੰਗ ਰਿਹਾ ਤੇ ਨਾਲੇ ਪੈਸੇ ਦੇ ਕੇ ਲੈਣੇ ਤਾਂ ਵੀ ਪਲੀਜ਼ ਕਰਕੇ ਚੀਜ਼ ਮੰਗਣਾ ਜਿੰਨੇ ਵੀ ਬੰਦਾ ਆਉਂਦਾ ਕੋਈ ਤਾਂ ਪਾਈ ਬੈਠਾ ਸ਼ਾਮ ਨੂੰ ਉੱਥੇ ਆਪਾਂ ਆਈ ਡੀ ਮੈਸ਼ਨ ਕਰਦੇ ਕੋਈ ਵੀ ਚੀਜ਼ ਸਵਾਲ ਹੈ ਜਵਾਬ ਆਉਂਦਾ ਆਹ ਬਾਈ ਤੁਸੀਂ ਕਨੈਕਟ ਕਰ ਸਕਦੇ ਬਿਨਾਂ ਕੋਈ ਟੈਨਸ਼ਨ ਤੋਂ ਕੋਈ ਗੱਲ ਤੋਂ ਕੋਈ ਸਵਾਲ ਹੋਵੇ ਜਵਾਬ ਹੋਵੇ ਆਹ ਬਾਈ ਜ਼ਰੂਰ ਦੇਣ ਜਿੰਨੀ ਕੋਈ
अपनी ठीक नहीं कर दिए बंद लाइव उरे।